ਤੇ ਅੱਜ ਆਪਣੀ ਓਲੰਪੀਆ ਨਾ ਮੈਂ ਇੱਧਰ ਆ ਗਿਆ ਯਾਰ ਆਪਣੇ ਪਰਿੰਦਿਆਂ ਵੱਲ ਅਤੇ ਆਪਣੀ ਓਲੰਪੀਆ 'ਚ ਤਕਰੀਬਨ ਮੋਰਨਿੰਗ ਟਾਈਮ 'ਤੇ ਨਾ 5-6 ਵਜੇ ਦੀ ਯਾਰ ਬਹੁਤ ਜ਼ਿਆਦਾ ਔਖੀ ਆ ਅਤੇ ਉਸ ਤੋਂ ਬਾਅਦ ਫਿਰ ਮੈਂ ਡਾਕਟਰ ਨਾਲ ਗੱਲ ਕਰੀ ਕਿਉਂਕਿ ਜੋ ਡਾਕਟਰ ਦਾ ਕਲੀਨਿਕ ਹੈ ਨਾ 9-10 ਵਜੇ ਓਪਨ ਹੁੰਦਾ ਅਤੇ ਡਾਕਟਰ ਕੋਈ ਜ਼ਿਆਦਾ ਦੂਰ ਦਾ ਨਹੀਂ ਹੈ ਨੇੜੇ ਦਾ ਅਤੇ ਮੈਂ ਵੀ ਕਿਹਾ ਅਤੇ ਡਾਕਟਰ ਨੂੰ ਨਾ ਮੈਂ ਕਿਹਾ ਵੀ ਮੈਂ ਓਲੰਪੀਆ ਨੂੰ ਤੁਹਾਡੇ ਘਰ ਲੈ ਆਉਂਦਾ ਵੀ ਜੋ ਇਹਦਾ ਟ੍ਰੀਟਮੈਂਟ ਕਰਨਾ ਨਾ ਕਰ ਲਓ ਅਤੇ ਵੀ ਮੈਨੂੰ ਤਾਂ ਓਲੰਪੀਆ ਆਪਣੀ ਠੀਕ ਹੋਣੀ ਚਾਹੀਦੀ ਆ ਅਤੇ ਡਾਕਟਰ ਕਹਿੰਦਾ ਵੀ ਇੱਕ ਵਾਰ ਜੋ ਵੀਡੀਓ ਕਾਲ 'ਤੇ ਨਾ ਮੇਰੇ ਨਾਲ ਗੱਲ ਕਰ ਔਰ ਮੈਨੂੰ ਓਲੰਪੀਆ ਦਿਖਾ ਅਤੇ ਜਦੋਂ ਮੈਂ ਡਾਕਟਰ ਨੂੰ ਓਲੰਪੀਆ ਵੀਡੀਓ ਕਾਲ 'ਤੇ ਦਿਖਾਈ ਅਤੇ ਡਾਕਟਰ ਕਹਿੰਦਾ ਵੀ ਹੁਣ ਮੇਰੇ ਕੋਲ ਲਿਆਉਣ ਦਾ ਕੋਈ ਵੀ ਫਾਇਦਾ ਨਹੀਂ ਹੈ ਵੀ ਇਹ ਤਕਰੀਬਨ ਨਾ 1-2 ਘੰਟੇ ਦੇ ਵਿੱਚ ਡੈੱਡ ਹੋ ਜੂਗੇ ਅਤੇ ਹੁਣ ਮੈਂ ਆਪਣੇ ਪਰਿੰਦਿਆਂ ਵੱਲ ਆ ਗਿਆ ਅਤੇ ਮੇਰੇ ਤੋਂ ਓਲੰਪੀਆ ਨਹੀਂ ਦੇਖੀ ਜਾਂਦੀ ਯਾਰ ਔਖੀ ਆ ਮੇਰੇ ਤੋਂ ਨਹੀਂ ਦੇਖੀ ਜਾਂਦੀ ਅਤੇ ਮੈਂ ਘਰ ਇਹ ਗੱਲ ਕਹਿ ਕੇ ਆ ਗਿਆ ਮੈਂ ਕਿਹਾ ਵੀ ਜਦੋਂ ਕਿਉਂਕਿ ਯਾਰ ਤਕਰੀਬਨ ਮੈਨੂੰ ਲੱਗਦਾ ਵੀ 5-7 ਮਿੰਟ ਦੇ ਵਿੱਚ ਨਾ ਡੈੱਡ ਹੋ ਜੂਗੀ ਉਹ ਅਤੇ ਮੈਂ ਘਰ ਇਹ ਕਹਿ ਕੇ ਆਇਆ ਮੈਂ ਕਿਹਾ ਵੀ ਮੈਨੂੰ ਕਾਲ ਕਰ ਦਿਓ ਮੈਂ ਆ ਜੂੰਗਾ ਠੀਕ ਆ ਨਾ ਜਦੋਂ ਓਲੰਪੀਆ ਡੈੱਡ ਹੋਊਗੀ ਅਤੇ ਜਦੋਂ ਆਪਾਂ ਓਲੰਪੀਆ ਨੂੰ ਦੱਬਾਂਗੇ ਨਾ ਅਤੇ ਉਸ ਤੋਂ ਬਾਅਦ ਵਿੱਚ ਮੈਂ ਇੱਦਾਂ ਕਰੂੰ ਇੱਕ ਮੈਂ ਵੀਡੀਓ ਪਾਊਂਗਾ ਉਹ ਦੇਖ ਲਿਓ ਫਿਰ ਉਸ ਤੋਂ ਬਾਅਦ ਵਿੱਚ ਜਿਹਨੇ ਯਾਰ ਬੈਡ ਕਮੈਂਟ ਕਰਨੇ ਆ ਤੁਹਾਡੀ ਇੱਛਾ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਵੀ ਨਾ ਕਰਿਓ ਹੈ ਨਾ ਜਿੱਦਾਂ ਮਰਜ਼ੀ ਕਰਿਓ ਪਰ ਉਹ ਵੀਡੀਓ ਦੇਖ ਕੇ ਠੀਕ ਹੈ ਜ਼ਰੂਰ ਅਤੇ ਬਸ ਯਾਰ ਹੁਣ ਮੈਂ ਘਰਦਿਆਂ ਦੀ ਕਾਲ ਦੀ ਵੇਟ ਕਰਦਾ ਦੇਖਦੇ ਹਾਂ ਘਰਦੇ ਕਦੋਂ ਕਾਲ ਕਰਦੇ ਆ ਫਿਰ ਮੈਂ ਜਾਂਦਾ ਅਤੇ ਤਕਰੀਬਨ ਜ਼ਿਆਦਾ ਟਾਈਮ ਨਹੀਂ ਲੱਗੂਗਾ ਕਾਲ ਨੂੰ ਨਾ 5-7 ਮਿੰਟ ਦੇ ਵਿੱਚ ਘਰਦਿਆਂ ਦੀ ਕਾਲ ਆ ਜੂ ਯਾਰ ਅਤੇ ਆਪਣੇ ਕੋਲ ਨਾ ਓਲੰਪੀਆ ਇੱਕ ਮਿੰਟ ਯਾਰ ਆਪਣੇ ਕੋਲ ਨਾ ਹੈ ਨਾ ਓਲੰਪੀਆ ਰਹੀ ਆ ਨਾ ਮੈਕਸੀ ਰਹੀ ਆ ਅਤੇ ਯਾਰ ਤੁਸੀਂ ਚੱਲ ਮੈਂ ਮੰਨਦਾ ਨਾ ਵੀ ਮੈਕਸੀ ਆ ਮੈਕਸੀ ਦੀ ਬਿਮਾਰੀ ਜੋ ਨਾ ਪਾਰਬੋ ਦੀ ਆਪਾਂ ਨੂੰ ਲੇਟ ਪਤਾ ਲੱਗੀ ਹੈ ਨਾ ਵੀ ਉਹਦੇ ਕਾਰਨ ਚਲੋ ਮੈਕਸੀ ਡੈੱਡ ਹੋ ਗਈ ਠੀਕ ਆ ਅਤੇ ਜਦੋਂ ਮੈਕਸੀ ਡੈੱਡ ਹੋਈ ਮੈਨੂੰ ਇੰਨਾ ਦੁੱਖ ਨਹੀਂ ਸੀ ਲੱਗਿਆ ਨਾ ਮੈਨੂੰ ਇਹ ਸੀਗਾ ਵੀ ਆਪਣੇ ਕੋਲ ਓਲੰਪੀਆ ਹੈਗੀ ਆ ਕੋਈ ਗੱਲ ਨਹੀਂ ਪਰ ਜਦੋਂ ਓਲੰਪੀਆ ਨੇ ਉਲਟੀ ਕਰੀ ਹੈ ਨਾ ਅਤੇ ਆਪਾਂ ਉਸੇ ਦਿਨ ਓਲੰਪੀਆ ਨੂੰ ਡਾਕਟਰ 'ਤੇ ਲੈ ਗਏ ਅਤੇ ਉਸ ਤੋਂ ਬਾਅਦ ਡਾਕਟਰ ਨੇ ਜੋ ਵੀ ਓਲੰਪੀਆ ਦਾ ਟ੍ਰੀਟਮੈਂਟ ਕਰਿਆ ਤੁਸੀਂ ਸਾਰਾ ਕੁਛ ਨਾਲ ਦੀ ਨਾਲ ਯਾਰ ਮੈਂ ਤੁਹਾਨੂੰ ਸਭ ਕੁਛ ਦਿਖਾਉਂਦਾ ਰਿਹਾ ਨਾ ਪਰ ਹੁਣ ਆਪਣੀ ਓਲੰਪੀਆ ਬਹੁਤ ਜ਼ਿਆਦਾ ਔਖੀ ਆ ਯਾਰ ਅਤੇ ਬਸ ਘਰਦਿਆਂ ਦੀ ਮੈਂ ਕਾਲ ਦੀ ਵੇਟ ਕਰਦਾ ਜਦੋਂ ਘਰਦੇ ਕਾਲ ਕਰਦੇ ਆ ਨਾ ਉਸ ਤੋਂ ਬਾਅਦ ਫਿਰ ਮੈਂ ਕਰ ਜਾਂਦਾ ਕੱਲ੍ਹ ਆਪਣੀ ਓਲੰਪੀਆ ਦੀ ਜੋ ਕੰਡੀਸ਼ਨ ਸੀ ਨਾ ਅਤੇ ਜਦੋਂ ਮੈਂ ਉਹਨੂੰ ਦੇਖਿਆ ਸੀ ਅਤੇ ਮੈਨੂੰ ਇੱਦਾਂ ਲੱਗਦਾ ਸੀ ਵੀ ਆਪਣੀ ਓਲੰਪੀਆ ਠੀਕ ਹੋਣ ਲੱਗ ਗਈ ਅਤੇ ਤੁਸੀਂ ਉਹ ਵੀਡੀਓ ਵੀ ਦੇਖੇਂਗੇ ਉਹ ਐਂਡ 'ਤੇ ਚਲੋ ਠੀਕ ਆ ਯਾਰ ਮੇਰੇ ਤੋਂ ਹੁਣ ਜ਼ਿਆਦਾ ਗੱਲ ਨਹੀਂ ਹੁੰਦੀ ਨਾ ਮੈਂ ਕਰਨੀ ਆ ਠੀਕ ਆ ਯਾਰ ਚਲੀਏ ਚਲੋ ਚੰਗੀ ਲੈ ਤੂੰ
बहुत यार इसमें डॉक्टर से लेके गए हैं आपको सवेरे भी लेके जाते थे शाम को भी लेके जाते थे मैनू उम्मीद सी भी ठीक हो जाऊ मैं ये तो कदे सोचे ही नहीं सी अज तक भी अपनी ओलंपिया इदा टैटू हो जा ये नहीं जी मैं सोचा मैं ये सोचा सी मैं अपनी ओलंपिया ठीक हो भी मैं आपके वालों पूरी कोशिश करनी है पता भी अरे डेड हो यार उधर मैं बाद में जाना पहला यार मैं थोनू ओलंपिया बारे दसदा एक मिनट बह के दसदा तो यार हूँ अपनी ओलंपिया ने ना बिल्कुल भी यार अपने पेट के गंद मंद जहा बाहर नहीं कढ़िया और भाई ओलंपिया ना उल्टी करनी भी बंद कर चुकी अज मॉर्निंग टाइम की कोई भी उल्टी नहीं करी तो डॉक्टर ने कुछ इदा ही कहा कहता भी जो पेट के गंद मंद कटदी है ना एक तो ओलंपिया ये बंद कर दे एक जो उल्टी कर दी है ना ये बंद कर दे फिर यद मतलब यह आ भी अपनी ओलंपिया ठीक होंगी जाती है ते असल दे विच जो तुसी दवावां करियां ने ना ओलंपिया दे लई ओ दवावां यार थोड़ियां हुण कम कर रहियां ने क्योंकि मेरे नालों ज़्यादा टेंशन थोनू आ तुसी यार मैनू कमेंट कर दिओ भी यार ओ डॉक्टर दे लै जा ओ डॉक्टर दे लै जा मैनू भी पता यार जे थोनू टेंशन आ जे थोनू ये आ ना भी अपनी ओलंपिया ठीक हो जाए तो तुसी कहने हो भी ओ डॉक्टर दे लै जा ओदे लै जा ना भी उत्थों अपनी ओलंपिया ठीक हो जाऊ तो यार मैं थोनू दसदा जिथे आपां ओलंपिया नू डॉक्टर दे लैके जांदे आ ना उत्थे यार पारबो वाले बहुत ज़्यादा डॉग आउंदे आ विच इक दा डॉग इदा के होंगे जो तीन चार दिन के ठीक हो जाते हैं और भाई बिच डॉग इदा के होंगे जो अठ नौ दस बारह दिन के ठीक हो जाते हैं यार बिच डॉग इदा के होंगे जो डेड हो जाते हैं पर अपनी ओलंपिया ना डेड होने वाले डॉगों के नहीं आई अपनी ओलंपिया ठीक होने वाले डॉगों के आई आ यह बहुत यार खुशी वाली गल आ हूँ देखो ओलंपिया यार बिल्कुल रिलैक्स हुई पई आ जो ये ट्रे है ना ट्रे भी देखो बिल्कुल साफ आ यदा मतलब यही आ भी ओलंपिया ने ना उल्टी करी आ ट्रे का मतलब यह है साफ का भी ओलंपिया ने ना उल्टी करी है और भाई ना देखो यार आ देखो हुण तां ओलंपिया ना आपदे आप आ देखो इदा उठ के बहिंदी आ किते उत्थे चली जांदी आ उत्थों इत्थे आ जांदी आ ते पहलां तां ना ओलंपिया तों भाई बिल्कुल भी नहीं सी उठ हुंदा ते हुण तकरीबन दो चार दिन दे विच मैनूं लगदा हले भी डाक्टर आपां नूं दो चार दिन होर बुलाऊगा ते यार डाक्टर जिन्ना टाइम मर्जी बुलावे आपां नूं कोई मसला नहीं आपां नूं तां सिर्फ इक्को इक ही मसला भी अपनी ओलंपिया ठीक हो जाए यार बस क्योंकि अपने को यार थोनू पता मैक्सी हुंदी सी ना मैक्सी ना की कुछ होया ते मैं बिल्कुल भी नहीं चाहुंदा भी अपनी ओलंपिया ना होवे मैं नहीं चाहुंदा ते तुसी भी नहीं चाहुंदे मैनू ये सब पता यार तुसी ओलंपिया नू बहुत ज़्यादा प्यार करदे हो ते तुसी ओलंपिया लई इन्नियां ज़्यादा ही दुआवां करियां ने ना
बस यार अपनी ओलंपिया ठीक होगी इन्ना बहुत ते एक बार तुसी ओलंपिया देख लो यार आ ले ओलंपिया ओए इधर देख ओलंपिया भाई मेरे नालों फिकर ना तेरी ज्यादा मेरे सब्सक्राइबर कर दे आ इधर नू देख भाई इदा नहीं ओलंपिया उन्होंने भी यार दिखा आपका फेस इदा थोड़ी होंगे यार है उन्होंने खुशी हो जो तेरा फेस देखे भी हाँ हूँ साड़ी ओलंपिया ठीक होगी इधर नू कर फेस देखो यार जो आप डॉक्टर दे ओलंपिया नू दो चार दिन होर लेके जाना मैं तुम्हें दस के हटिया ना ते ओ दो चार दिन दे विच विच देखो अपनी ओलंपिया ने बिल्कुल ठीक हो जाना ये थोनू भी खुशी हुई हो ते जदों मैं थोनू ये गल दसी आ भी अपनी ओलंपिया बिल्कुल ठीक हुंदी जांदी आ होर यार मैनू बहुत ज्यादा टेंशन सी ओलंपिया दी क्योंकि मैं है ना बाकी परिंदिया वल भी ध्यान घट दिंदा सी ते मैं ज्यादातर मैनू मेरा भी ध्यान ओलंपिया वल सी मैनू ये सी ओलंपिया ठीक हो जाए ठीक हो जाए ठीक हो जाए ठीक होने लग गई यार।